ਤੇ ਦਰਸ਼ਕੋ, ਅੱਜ ਆਪਾਂ ਖੜ੍ਹੇ ਹਾਂ ਪੁਲ ਕੰਜਰੀ। ਇਸ ਜਗ੍ਹਾ ਨੂੰ ਪੁਲ ਕੰਜਰੀ ਦੇ ਨਾਂ ਨਾਲ ਜਾਣਿਆ ਜਾਂਦਾ, ਇਹਨੂੰ ਮੋਰਾਂ ਪੁਲ ਵੀ ਕਹਿ ਦਿੰਦੇ ਆ। ਅਤੇ ਇਹ ਅੰਮ੍ਰਿਤਸਰ ਸਾਹਿਬ ਦੇ ਵਿੱਚ ਅਟਾਰੀ ਬਾਰਡਰ ਤੋਂ 8 ਕਿਲੋਮੀਟਰ ਦੂਰ ਹੈ। ਅਟਾਰੀ ਤੋਂ 8 ਕਿਲੋਮੀਟਰ ਦੇ ਦੂਰੀ 'ਤੇ ਹੈ, ਪਾਕਿਸਤਾਨ ਦੇ ਬਿਲਕੁਲ ਬਾਰਡਰ 'ਤੇ ਆ। ਇੱਥੋਂ ਜਿਹੜਾ ਬਾਰਡਰ ਹੈਗਾ, ਬਾਰਡਰ ਲਾਈਨ ਸਿਰਫ 1/2 ਕਿਲੋਮੀਟਰ ਹੈ। ਅਤੇ ਇਸ ਆਪਾਂ ਜਗ੍ਹਾ ਬਾਰੇ ਅੱਜ ਆਪਾਂ ਗੱਲਬਾਤ ਕਰਦੇ ਹਾਂ। ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਵਿੱਚ ਨਿਰਮਾਣ ਦੇ ਤਰੀਕਿਆਂ 'ਤੇ ਆਧਾਰਿਤ ਹੈ ਇਹ ਵਾਲੀ ਇਮਾਰਤ। ਪੌੜੀ ਦੇ ਜੰਗਲੇਦਾਰ ਬਣੀ ਦੀਵਾਰ ਵਿੱਚੋਂ ਦਿਸ਼ਾਵਾਂ ਦੇ ਬਾਰ ਦਾ ਕੰਮ ਕਰਦੀ ਹੈ। ਅਤੇ ਕਹਿੰਦੇ ਹੈ ਇਹ ਪੁਲ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਨੱਚਣ ਵਾਲੀ ਮੋਰਾਂ ਦੇ ਕਰਕੇ ਬਣਵਾਇਆ। ਅਲੱਗ ਅਲੱਗ ਕਥਾਵਾਂ ਜੁੜੀਆਂ ਹੋਈਆਂ, ਕੋਈ ਕਿਵੇਂ ਦੱਸਦਾ, ਕੋਈ ਕਿਵੇਂ ਦੱਸਦਾ। ਇਹਦੇ ਨਾਲ ਨਾਲ ਸਾਈਡ 'ਤੇ ਨਹਿਰ ਜਾਂਦੀ ਸੀ ਜਿਹੜੀ ਕਿ ਬਾਗਾਂ ਦੀ ਸਿੰਚਾਈ ਕਰਨ ਲਈ ਬਣਾਈ ਸੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਵੇਲੇ। ਅਤੇ ਜਿਹੜੀ ਮੋਰਾਂ ਸੀਗੀ ਉਹ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਲਾਹੌਰ ਵਿੱਚ ਜਾ ਕੇ ਉਹਨਾਂ ਵਾਸਤੇ ਮੁਜਰਾ ਕਰਦੀ ਸੀ, ਉਹਨਾਂ ਦੇ ਵਾਸਤੇ ਡਾਂਸ ਕਰਦੀ ਸੀ, ਨੱਚਣ ਦਾ ਕੰਮ ਕਰਦੀ ਸੀ। ਅਤੇ ਮਹਾਰਾਜਾ ਰਣਜੀਤ ਸਿੰਘ ਨੇ ਕਹਿੰਦੇ ਉਹਨੂੰ ਚਾਂਦੀ ਦੀ ਜੁੱਤੀ ਨਾਲ ਭੇਟ ਕੀਤੀ ਹੋਈ ਸੀ। ਅਤੇ ਇੱਕ ਦਿਨ ਕਹਿੰਦੇ ਜਾਣ ਲੱਗਿਆ ਨਾ ਉਹਦੀ ਜੁੱਤੀ ਨਹਿਰ ਦੇ ਵਿੱਚ, ਇੱਕ ਚਾਂਦੀ ਦੀ ਜੁੱਤੀ ਨਹਿਰ ਦੇ ਵਿੱਚ ਡਿੱਗ ਗਈ। ਅਤੇ ਉਦਣ ਤੋਂ ਬਾਅਦ ਕਹਿੰਦੇ ਮੋਰਾਂ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਗਈ ਨਹੀਂ ਕਿ ਮੈਂ ਜਿਹੜੀ ਭੇਟ ਮੈਨੂੰ ਮਹਾਰਾਜਾ ਰਣਜੀਤ ਸਿੰਘ ਦਿੱਤੀ ਸੀ ਉਹ ਮੇਰੇ ਕੋਲ ਨਹੀਂ ਬਚੀ ਕਿ ਮੈਂ ਗਵਾ ਬੈਠੀ। ਇਸ ਕਰਕੇ ਮੋਰਾਂ ਨੇ ਉੱਥੋਂ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਨੱਚਣ ਤੋਂ ਇਨਕਾਰ ਕਰ ਦਿੱਤਾ ਸੀ। ਅਤੇ ਫਿਰ ਇਸੇ ਲਈ ਹੀ, ਇਸ ਦੀ ਮੋਰਾਂ ਦੀ ਸਹੂਲਤ ਲਈ ਹੀ ਪੁਲ ਕੰਜਰੀ ਬਣਾਇਆ ਗਿਆ ਸੀ। ਪਰ ਉਹ ਹੁਣ ਇੱਥੇ ਕਿਤੇ ਪੁਲ ਕੰਜਰੀ ਦਾ ਤਾਂ ਨਾਮੋ ਨਿਸ਼ਾਨ ਹੈ ਨਹੀਂ ਅਤੇ ਨਾ ਹੀ ਨਹਿਰ ਦਾ। ਅਤੇ ਬਸ ਇਹੀ ਜਿਹੜਾ ਸਰੋਵਰ ਹੈ ਇਸੇ ਨੂੰ ਹੀ ਪੁਲ ਕੰਜਰੀ ਅਤੇ ਪੁਲ ਮੋਰਾਂ ਦੇ ਨਾਂ ਨਾਲ ਜਾਣਿਆ ਜਾਂਦਾ। ਮੂਲ ਰੂਪ ਵਿੱਚ ਤਾਂ ਇਹ ਇੱਕ ਪਾਣੀ ਦਾ ਤਲਾਅ ਸੀ, ਪਾਣੀ ਦੀ ਜ਼ਰੂਰਤ ਵਾਸਤੇ ਇਸ ਨੂੰ ਬਣਾਇਆ ਗਿਆ ਸੀ। ਇਹਦੇ ਵਿੱਚ ਪਸ਼ੂਆਂ ਦੇ ਅਤੇ ਬੰਦਿਆਂ ਦੇ ਨਹਾਉਣ ਲਈ ਅਤੇ ਔਰਤਾਂ ਦੇ ਨਹਾਉਣ ਲਈ ਅਲੱਗ ਅਲੱਗ ਜਗ੍ਹਾ ਬਣੀਆਂ ਹੋਈਆਂ। ਬੰਦੇ ਦੇ ਵਿੱਚ ਖੁੱਲ੍ਹੇ ਵਾਸਤੇ, ਖੁੱਲ੍ਹੇ ਦੇ ਵਿੱਚ ਨਹਾ ਸਕਦੇ ਆ, ਤੁਸੀਂ ਦੇਖ ਸਕਦੇ ਸਾਰੀਆਂ ਪੌੜੀਆਂ ਬੰਦਿਆਂ ਦੇ ਨਹਾਉਣ ਵਾਸਤੇ ਆ। ਅਤੇ ਜਿਹੜੀ ਇਹ ਜਗ੍ਹਾ ਹੈਗੀ ਆ, ਇੱਥੋਂ ਜਾਨਵਰ ਉੱਤਰ ਕੇ, ਪਸ਼ੂ ਕਹਿ ਸਕਦੇ ਹਾਂ, ਮੱਝਾਂ ਗਾਵਾਂ ਕੁਛ ਵੀ ਕਹਿ ਸਕਦੇ ਹਾਂ, ਪਸ਼ੂਆਂ ਵਾਸਤੇ ਇੱਥੋਂ ਇਹ ਰਸਤਾ ਪਸ਼ੂਆਂ ਵਾਸਤੇ ਬਣਾਇਆ ਗਿਆ ਤਾਂ ਕਿ ਉਹ ਇੱਥੋਂ ਦੀ ਆ ਜਾ ਕੇ ਸੌਖੇ ਤਰੀਕੇ ਨਾਲ ਪਾਣੀ ਪੀ ਸਕਣ। ਅਤੇ ਜਿਹੜਾ ਇਹ ਵਾਲਾ ਜਗ੍ਹਾ ਹੈਗਾ, ਜਾਲੀਦਾਰ ਨੁਮਾ ਕਹਿ ਸਕਦੇ ਹਾਂ ਆਪਾਂ, ਇਹ ਔਰਤਾਂ ਦੇ ਨਹਾਉਣ ਲਈ ਬਣਾਇਆ ਗਿਆ ਸੀ। ਇਹ ਇੱਕ ਪਰਦੇ ਦਾ ਕੰਮ ਕਰਦੀ ਹੈ। ਇਹ ਅੰਦਰੋਂ ਤਾਂ ਆਪਾਂ ਤਲਾਅ ਵਾਲੇ ਪਾਸੇ ਦਿਸ ਸਕਦੇ ਇਹਦੇ, ਪਰ ਬਾਹਰਲੇ ਪਾਸੋਂ ਨਹੀਂ ਦਿਸਦਾ ਵੀ ਇਹਦੇ ਵਿੱਚ ਕੋਈ ਨਹਾ ਰਿਹਾ। ਔਰਤਾਂ ਦਾ ਕੀ ਕਹਿ ਸਕਦੇ, ਪਰਦੇ ਦੀ ਜਗ੍ਹਾ ਹੈ, ਇੱਥੇ ਔਰਤਾਂ ਇਸ਼ਨਾਨ ਕਰਦੀਆਂ ਸੀ, ਉਹਨਾਂ ਦੀ ਜ਼ਰੂਰਤਾਂ ਪੂਰਾ ਹੁੰਦੀਆਂ ਸੀਗੀਆਂ ਉਹਨਾਂ ਟਾਈਮਾਂ ਦੇ ਵਿੱਚ। ਦਰਸ਼ਕੋ, ਪੁਲ ਕੰਜਰੀ ਵਪਾਰਕ ਕੇਂਦਰ ਵੀ ਰਿਹਾ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਪਾਰਕ ਕੇਂਦਰ ਵੀ ਸੀ। ਲਾਹੌਰ ਤੋਂ ਦਿੱਲੀ ਤੱਕ ਜਾਂਦਿਆਂ ਨੂੰ, ਅੰਮ੍ਰਿਤਸਰ ਤੱਕ ਆਉਂਦਿਆਂ ਨੂੰ, ਜਾਂ ਪਿਸ਼ਾਵਰ ਤੱਕ ਜਾਂਦੇ, ਜਿਹੜੇ ਇੱਥੇ ਆ ਵਿਸ਼ਰਾਮ ਵੀ ਕਰਦੇ ਸੀ, ਉਹ ਇੱਥੇ ਰਹਿੰਦੇ ਵੀ ਸੀ, ਇੱਥੇ ਰੁਕਦੇ ਸੀ, ਵਿਸ਼ਰਾਮ ਕਰਦੇ ਸੀ। ਇਹਨੂੰ ਇਹ ਉਹਨਾਂ ਟਾਈਮਾਂ ਦੇ ਵਿੱਚ ਸਭ ਤੋਂ ਵੱਡਾ ਵਪਾਰਕ ਕੇਂਦਰ ਵੀ ਸੀ ਪੁਲ ਕੰਜਰੀ, ਜਿਹਨੂੰ ਹੁਣ ਕਿ ਆਪਾਂ ਪੁਲ ਕੰਜਰੀ ਕਹਿੰਦੇ ਹਾਂ। ਪੁਲ ਕੰਜਰੀ ਨੇ 1965 ਅਤੇ 1971 ਦੀਆਂ ਭਾਰਤ ਪਾਕਿਸਤਾਨ ਜੰਗਾਂ ਦੌਰਾਨ ਪਾਕਿਸਤਾਨੀ ਫੌਜ ਨੇ ਆਪਣੇ ਕਬਜ਼ੇ ਵਿੱਚ ਵੀ ਲੈ ਲਿਆ ਸੀ। ਹਾਲਾਂਕਿ ਬਾਅਦ ਵਿੱਚ ਇਸ ਨੂੰ ਦੇਸ਼ ਦੇ ਵਿਚਕਾਰ ਸ਼ਾਂਤੀ ਸੰਧੀ ਦੇ ਹਿੱਸੇ ਵਜੋਂ ਭਾਰਤ ਨੂੰ ਵਾਪਸ ਕਰ ਦਿੱਤਾ ਗਿਆ। ਦਰਸ਼ਕੋ, ਪੁਲ ਮੋਰਾਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਲਗਭਗ 35 ਕਿਲੋਮੀਟਰ ਹੈ।
ਅਤੇ ਬਾਘਾ ਸਰਹੱਦ ਜਿਹੜੀ ਹੈਗੀ ਹੈ, ਬਾਘਾ ਬਾਰਡਰ ਜਿਹੜਾ ਬਣਿਆ ਹੋਇਆ, ਇਸ ਤੋਂ ਸਿਰਫ 8 ਕਿਲੋਮੀਟਰ, ਅਟਾਰੀ ਪਿੰਡ ਤੋਂ 8 ਕਿਲੋਮੀਟਰ ਹੈਗਾ ਜਿਹੜਾ, ਅਤੇ ਇਹ ਪੁਲ ਕੰਜਰੀ ਬਣਿਆ ਹੋਇਆ ਹੈਗਾ। ਦਰਸ਼ਕ, ਜਿਸਨੇ ਵੀ ਇਹ ਪੁਲ ਕੰਜਰੀ ਵੇਖਣਾ ਹੈ ਜਾਂ ਇਹ ਜਿਹੜੀ ਪੁਲ ਮੋਰਾ ਬਣਿਆ ਹੋਇਆ ਇਹ ਦੇਖਣਾ, ਤੁਸੀਂ ਵੀਡੀਓ ਜਰੀ ਤਾਂ ਦੇਖ ਹੀ ਲਏ ਆ, ਪਰ ਜੇ ਵੈਸੇ ਵੀ ਇੱਥੇ ਕੋਈ ਆਉਣਾ ਚਾਹੁੰਦਾ ਜਿਹੜਾ ਹਜੇ ਤੱਕ ਨਹੀਂ ਆਇਆ, ਜਿਵੇਂ ਕਿ ਮੈਂ ਆਪਣੇ ਬਠਿੰਡੇ ਵਾਲੇ ਪਾਸੋਂ ਗਿਆ, ਤਾਂ ਮੈਂ ਤਾਂ ਜਿਵੇਂ ਤਰਨ ਤਾਰਨ ਸਾਹਿਬ ਤੋਂ ਸਿੱਧਾ ਅਟਾਰੀ ਨੂੰ ਰੋਡ ਆਉਂਦੀ ਹੈ, ਤੁਹਾਨੂੰ ਅੰਮ੍ਰਿਤਸਰ ਜਾਣ ਦੀ ਲੋੜ ਨਹੀਂ ਹੈਗੀ। ਕਈ ਵਾਰੀ ਕੀ ਹੁੰਦਾ, ਆਪਾਂ ਸਿੱਧੇ ਅੰਮ੍ਰਿਤਸਰ ਚਲੇ ਜਾਂਦੇ ਹਾਂ, ਫਿਰ ਅੰਮ੍ਰਿਤਸਰ ਦੇ ਵਿੱਚ ਦੀ ਸਿੱਧਾ ਬਾਜ਼ਾਰ ਸਾਰਾ ਕ੍ਰੋਸ ਕਰਕੇ ਤੁਹਾਨੂੰ ਬਾਘਾ ਬਾਰਡਰ ਪਹੁੰਚਣਾ ਪੈਣਾ, ਉੱਧਰ ਜਾਣ ਦੀ ਤੁਹਾਨੂੰ ਲੋੜ ਨਹੀਂ। ਜੇ ਕੋਈ ਬੰਦਾ ਮੋਗੇ ਵਾਲੇ ਪਾਸਿਓਂ ਜਾਂ ਮਖੂ ਵਾਲੇ ਪਾਸੋਂ ਆ ਰਿਹਾ, ਤਾਂ ਤਰਨ ਤਾਰਨ ਸਾਹਿਬ ਤੋਂ ਸਿੱਧਾ ਅਟਾਰੀ ਰੋਡ ਆਊ। ਅਟਾਰੀ ਸਿਰਫ ਤਰਨ ਤਾਰਨ ਤੋਂ ਸਿਰਫ 35 ਕਿਲੋਮੀਟਰ ਅਟਾਰੀ ਹੈ, ਸਿੱਧਾ ਰੋਡ ਹੈ, ਅੰਮ੍ਰਿਤਸਰ ਜਾਣ ਦੀ ਲੋੜ ਨਹੀਂ ਹੈਗੀ। ਕਿਉਂਕਿ ਜੇ ਤੁਸੀਂ ਅੰਮ੍ਰਿਤਸਰ ਆਓਗੇ ਤਾਂ ਘੰਟਾ ਪੂਰਾ 1 ਲੱਗਣਾ ਬਾਜ਼ਾਰ ਕ੍ਰੋਸ ਕਰਦੇ ਨੂੰ ਬਾਘਾ ਬਾਰਡਰ ਪਹੁੰਚਣ 'ਤੇ।